ਸਿੱਖਿਆ ਵਿਭਾਗ ਦੇ ਵਿੱਚ ਜਾਲੀ ਦਸਤਾਵੇਜ਼ ਅਧਾਰ ਤੇ ਨੌਕਰੀ ਹਾਸਲ ਕਰਨ ਵਾਲੇ 12 ਜਾਣੇ ਪੁਲਿਸ ਦੇ ਕਾਬੂ ਆ ਗਏ ਨੇ ਇਹਨਾਂ 12 ਜਾਣਿਆਂ ਦੇ ਵਿੱਚ 11 ਕੁੜੀਆਂ ਵੀ ਸ਼ਾਮਲੇ ਮਤਲਬ 11 ਮੈਲਾ ਟੀਚਰ ਵੀ ਸ਼ਾਮਲੇ ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਸਿਕੰਜਾ ਕੱਸ ਦਿੱਤਾਗਾ ਤੇ ਗ੍ਰਿਫਤਾਰੀਆਂ ਕਰਨ ਵਾਸਤੇ ਉਹਨਾਂ ਛਾਪੇਮਾਰੀ ਕੀਤੀ ਗਈ ਹੈ ਪੂਰਾ ਮਸਲਾ ਕੀ ਹੈ ਅਸਲ ਦੇ ਵਿੱਚ ਬਰਨਾਲਾ ਪੁਲਿਸ ਨੇ ਸਬੰਧਤ ਜਾਲੀ ਸਰਟੀਫਿਕੇਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਲੈਣ ਵਾਲੇ 12 ਵਿਕਤੀਆਂ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਉਹਨਾਂ ਦੀ ਪਾਲ ਵੀ ਸ਼ੁਰੂ ਕਰ ਦਿੱਤੀ ਹੈ ਮਲਜਮ ਵਿੱਚ 11 ਲੜਕੀਆਂ ਤੇ ਇੱਕ ਲੜਕਾ ਵੀ ਸ਼ਾਮਲ ਨੇ ਤੇ ਕੇਸ ਵਿੱਚ ਨਾਮਜਦ ਮਲਜਮਾਂ ਵਿੱਚ 10 ਵਿਅਕਤੀ ਬਰਨਾਲਾ ਜ਼ਿਲ੍ਹੇ ਦੇ ਨਾਲ ਹੀ ਸਬੰਧ ਨੇ ਜਦ ਕਿ ਦੋ ਮੋਗੇ ਦੇ ਦੱਸੇ ਜਾ ਰਹੇ ਨੇ ਤੇ ਇੱਕ ਬਠਿੰਡੇ ਦਾ ਇਹ ਦੱਸਿਆ ਜਾ ਰਿਹਾ ਹੈ ਕਿ ਕੇਸ ਅਸਲ ਦੇ ਵਿੱਚ ਡਿਪਟੀ ਇਨਸਪੈਕਟਰ ਜਨਰਲ ਡੀਆਈਜੀ ਪੁਲਸ ਕ੍ਰਾਈਮ ਪੰਜਾਬ ਦੀ ਕਰੀਬ 2 ਮਹੀਨਿਆਂ ਦੀ ਪੜਤਾਲ ਤੋਂ ਬਾਅਦ ਥਾਣਾ ਸਿਟੀ ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ। ਮੁਕਦਮੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਮੁਕੱਦਮਾ ਦਰਖਾਸਤ ਨੰਬਰ 364260 ਮਿਤੀ 19 ਸਤੰਬਰ 2023 ਦੀ ਪੜਤਾਲ ਦੌਰਾਨ ਇਹ ਕੇਸ ਦਰਜ ਕੀਤਾ ਗਿਆ। ਐਫਆਈਆਰ ਮੁਤਾਬਕ ਨਾਮਜਦ ਲੋਕਾਂ ਵਿੱਚ ਕਥੀ ਤੌਰ ਤੇ ਸ਼ਾਮਲ ਪੂਨਮ ਗੁਪਤਾ ਪੁੱਤਰੀ ਓਮਪ੍ਰਕਾਸ਼ ਗੁਪਤਾ ਵਾਸੀ ਗਲੀ ਨੰਬਰ 5 ਬਰਨਾਲਾ ਅਮਨਦੀਪ ਸਿੰਘ ਪੁੱਤਰ ਵਿਕਰ ਸਿੰਘ ਵਾਸੀ ਠਿਕਰੀਵਾਲਾ ਅਮਰਜੀਤ ਕੌਰ ਪੁੱਤਰੀ ਜਗਤ ਸਿੰਘ ਵਾਸੀ ਰਾਹੀ ਬਸਤੀ ਬਰਨਾਲਾ ਜਸਵੀਰ ਕੌਰ ਪੁੱਤਰੀ ਮਲਕੀਸ਼ ਸਿੰਘ ਵਾਸੀ ਪੱਤੀ ਪਿੰਡ ਬਦਨੀਕਲਾ ਜ਼ਿਲ੍ਹਾ ਮੋਗਾ ਜਸਦੀਪ ਕੌਰ ਜੀ ਐਚਟੀ ਕਲੋਨੀ ਲਹਿਰਾ ਮੁਹੱਬਤਾ ਸਿਟੀ ਰਾਮਪੁਰਾ ਬਠਿੰਡਾ ਕਮਲਜੀਤ ਕੌਰ ਨੇੜੇ ਪਿੰਨੀ ਬੱਸ ਸਟੈਂਡ ਧਨੋਲਾ ਗੁਰਵਿੰਦਰ ਕੌਰ ਵਾਸੀ ਧਨੋਲਾ ਗੁਰਪ੍ਰੀਤ ਕੌਰ ਵਾਸੀ ਗਲੀ ਨੰਬਰ 2 ਹੰਡਿਆਆ ਬਰਨਾਲਾ ਮਨਪ੍ਰੀਤ ਕੌਰ ਹੰਡਿਆਆ ਬਰਨਾਲਾ ਸੁਖਪਾਲ ਕੌਰ ਬਾਜਵਾ ਪਤੀ ਬਰਨਾਲਾ ਹਰਪ੍ਰੀਤ ਕੌਰ ਪਤੀ ਗਿਲ ਖੋਟਾ ਸੈਣਾ ਅਤੇ ਕੁਲਦੀਪ ਕੌਰ ਵਾਸੀ ਬਰਨਾਲਾ ਵੱਲੋਂ ਜਾਲੀ ਤਜਰਬਾ ਸਰਟੀਫਿਕੇਟ ਜਾਲੀ ਰੂਲਰ ਏਰੀਆ ਡਵੈਲਪ ਏਰੀਆ ਸਰਟੀਫਿਕੇਟ ਬਣਾ ਕੇ ਮਹਿਕਮੇ ਚ ਪਰਤੀੋਇਸਨ ਪੰਜਾਬ ਰਾਜ ਸਿੱਖਿਆ ਵਿਭਾਗ ਵਿੱਚ ਸਰਕਾਰੀ ਨੌਕਰੀ ਹਾਸਲ ਕਰਕੇ ਧੋਖਾਧੜੀ ਕੀਤੀ ਗਈ ਹੈ ਪੁਲਿਸ ਦੁਆਰਾ ਉਕਤ ਸਾਰੇ ਨਾਮਜਦ ਮੁਲਜ਼ਮਾਂ ਖਿਲਾਫ ਥਾਣਾ ਸਿਟੀ ਤੋਂ ਬਰਨਾਲਾ ਵਿਖੇ ਕੇਸ ਦਰਜ ਕੀਤਾ ਗਿਆ ਇਸ ਮਾਮਲੇ ਦੀ ਤਫ਼ਤੀਸ਼ ਏਐਸਆਈ ਸਤਪਾਲ ਸਿੰਘ ਨੂੰ ਸੌਂਪੀ ਗਈ ਹੈ ਜਗਬਾਣੀ ਦੇ ਪੱਤਰਕਾਰ ਧਨੌਲਾ ਤੋਂ ਰਾਇਆ ਦੀ ਰਿਪੋਰਟ ਆ ਕਿ ਹਾਲੇ ਤੱਕ ਕਿਸੇ ਵੀ ਮਲਜਮ ਦੀ ਜਿਹੜੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈਗੀ ਔਰ ਪੁਲਿਸ ਦਾ ਕਹਿਣਾ ਕਿ ਕੇਸ ਚ ਨਾਮਜਦ ਸਾਰੇ ਮਲਜਮਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਜਾਊਗੀ ਲੇਕਿਨ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਸਿੱਖਿਆ ਵਿਭਾਗ ਦੇ ਵਿੱਚ ਜਾਲੀ ਦਸਤਾਵੇਜ਼ ਜਿਹਦੇ ਚ ਜਾਲੀ ਤਜਰਬਾ ਸਰਟੀਫਿਕੇਟ ਤੇ ਜਾਲੀ ਰੂਰਲ ਏਰੀਆ ਸਰਟੀਫਿਕੇਟ ਬਣਾ ਕੇ ਇਹ ਭਰਤੀ ਕੀਤੀ ਗਈ ਹੈ ਭਰਤੀ ਦੇ ਵਿੱਚ ਇਹ ਵਿਭਾਗ ਵਿੱਚ ਭਰਤੀ ਹੋਏ ਜਿਹਦੇ ਚ ਕੱਲੇ ਬਰਨਾਲਾ ਦੇ ਵਿੱਚ ਹੇਠ ਤੱਕ ਜਿਹੜੀ ਤਸਵੀਰ ਸਾਹਮਣੇ ਆਈ ਹੈ ਕਿ ਕੁੱਲ 12 ਜਣਿਆਂ ਦੇ ਖਿਲਾਫ ਮੁਕਦਮਾ ਦਰਜ ਹੈ ਜਿਹਦੇ ਵਿੱਚ 11 ਕੁੜੀਆਂ ਇੱਕ ਲੜਕਾ ਇਹਨਾਂ ਦੇ ਨਾਲ ਔਰ ਇਹ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਵਿੱਚ ਪੁਲਿਸ ਨੇ ਹੁਣ ਟੀਮਾਂ ਬਣਾ ਲਈਆਂ ਗਈਆਂ ਨੇ ਇਹਨਾਂ ਸਾਰਿਆਂ ਨੂੰ ਜਿਨ੍ਹਾਂ ਦੇ ਖਿਲਾਫ ਧੋਖਾਧੜੀ ਦਾ ਮੁਕਦਮਾ ਦਰਜ ਕੀਤਾ ਗਿਆ ਕਿਉਂਕਿ ਇਹ ਬੜਾ ਜਾਲਸਾਜੀ ਦਾ ਮਸਲਾ ਹੈਗਾ ਧੋਖਾਧੜੀ ਦਾ ਮਸਲਾ ਹੈਗਾ ਤੇ ਜਿਹਦੇ ਚੱਲਦੇ ਆ ਇਨਾਂ ਦੀ ਵਾਸੇ ਵਿਪਤਾ ਵੱਧ ਗਈ ਹੈ ਕਿ ਮੈਕਮੇ ਦੇ ਵਿੱਚ ਕਿਵੇਂ ਜਾਲੀ ਦਸਤਾਵੇਜ਼ ਦੇ ਆਧਾਰ ਤੇ ਇਹ ਮੈਕਮੇ ਦੇ ਵਿੱਚ ਭਰਤੀ ਹੋਏ ਨੇ ਹਾਲਾਂਕਿ ਗੁਰਦਾਸਪੁਰ ਦੇ ਵਿੱਚ ਵੀ ਵੱਡੀ ਗੱਲ ਦੀ ਵਿੱਚ 9998 ਦੇ ਕਰੀਬ ਜਿਹੜੇ ਟੀਚਰ ਪ੍ਰਤੀਯੋਗਾਂ ਦੀ ਇੱਕ ਵੱਖਰੀ ਪੜਤਾਲ ਚੱਲ ਰਹੀ ਆ ਕੇਸ ਕਈ ਥਾਂ ਤੇ ਰਜਿਸਟਰ ਹੋ ਗਏ ਲੇਕਿਨ ਆ ਜਿਹੜਾ ਬਰਨਾਲਾ ਦੇ ਵਿੱਚ ਮੁਕਦਮਾ ਦਰਜ ਹੋਇਆ ਜਿਨ੍ਹਾਂ ਲੋਕਾਂ ਨੇ ਗਲਤ ਸਰਟੀਫਿਕੇਟ ਆਧਾਰ ਬਣਾ ਕੇ ਜਾਂ ਗਲਤ ਸਰਟੀਫਿਕੇਟ ਨਾਲ ਲਾ ਕੇ ਨੌਕਰੀ ਪ੍ਰਾਪਤ ਕੀਤੀ ਉਹਨਾਂ ਦੇ ਖਿਲਾਫ ਹੁਣ ਸਕਤ ਤੋਂ ਸਕਤ ਕਾਰਵਾਈ ਵੀ ਹੋ ਸਕਦੀ ਹੈ ਫਿਲਹਾਲ ਦੇਖਦੇ ਕਿ 12 ਜਾਣੇ ਕਦੋਂ ਪੁਲਿਸ ਦੇ ਅੜਕੇ ਆਉਂਦੇ ਨੇ ਕਦੋਂ ਕਾਬੂ ਆਉਂਦੇ ਨੇ ਔਰ ਪਤਾ ਲੱਗੂਗਾ ਕਿ ਆਖਿਰ ਜਿਹੜੀ ਜਾਲੀ ਦਸਤਾਵੇਜ਼ ਬਣਾਏ ਨੇ ਇਹ ਕਿਵੇਂ ਬਣੇ ਨੇ ਤੇ ਇਹਨਾਂ ਨੂੰ ਬਣਾਉਣ ਵਾਲੇ ਹੋਰ ਕਿਹੜੇ-ਕਿਹੜੇ ਲੋਕ ਸ਼ਾਮਲੇ ਕੋਈ ਇਹ ਵੱਡਾ ਗ੍ਰੋਹ ਸੀ ਇਹ ਸਾਰੀ ਚੀਜ਼ਾਂ ਦਾ ਹੁਣ ਜਾਂਚ ਹੀ ਪਰਦਾ ਫਾਸ਼ ਹੋਏਗਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡ ਤੋਂ ਲੈਂਦੇ ਆ ਗਿਆ ਦੇਖਦੇ ਰਹੋ এবੀਸੀ ਪੰਜਾਬ ਧੰਨਵਾਦ